ਪੱਕੀ ਵਰਦੀ ਵਾਲੇ ਗੁੰਡੇ ਮਰਦਾਨਾ। ਫਰੀਦਕੋਟ ਵਿੱਚ ਬੀਤੇ ਦਿਨੀ ਪੁਲਿਸ ਹਿਰਾਸਤ ਵਿੱਚ 22 ਸਾਲਾ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਲਾਸ਼ ਖੁਰਦ-ਪੁਰਦ ਕਰਨ ਦਾ ਮਾਮਲਾ ਗਰਮਾ ਗਿਆ। ਮਾਮਲਾ ਉਸ ਵੇਲੇ ਉਜਾਗਰ ਹੋਇਆ ਜਦੋਂ ਫਰੀਦਕੋਟ CIA ਸਟਾਫ ਦੇ ਇੰਚਾਰਜ ਨਰਿੰਦਰ ਸਿੰਘ ਦੀ ਖੁਦਕੁਸ਼ੀ ਖਬਰ ਸੁਰਖੀਆਂ 'ਚ ਆਈ। ਅਸਲ 'ਚ ਨਰਿੰਦਰ ਸਿੰਘ ਹੀ ਨੌਜਵਾਨ ਜਸਪਾਲ ਸਿੰਘ ਨੂੰ ਚੁੱਕ ਕੇ ਲੈ ਗਿਆ ਸੀ। ਜਾਣਕਾਰੀ ਅਨੁਸਾਰ CIA ਸਟਾਫ ਫਰੀਦਕੋਟ ਵੱਲੋਂ ਪਿੰਡ ਪੰਜਾਬਾ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਇੱਕ ਨੌਜਵਾਨ ਨੂੰ ਪਿੰਡ ਰੱਤੀ ਰੋਡ ਤੋਂ ਹਿਰਾਸਤ 'ਚ ਲਿਆ ਗਿਆ ਸੀ। ਪਰੰਤੂ ਜਦੋਂ ਇਹ ਨੌਜਵਾਨ ਵਾਪਸ ਘਰੇ ਨਹੀਂ ਗਿਆ ਤਾਂ ਨੌਜਵਾਨ ਦੇ ਵਾਰਸਾਂ ਵੱਲੋਂ ਇਸ ਸੰਬੰਧੀ CIA ਸਟਾਫ ਫਰੀਦਕੋਟ ਨਾਲ ਇਤਵਾਰ ਸਵੇਰੇ ਸੰਪਰਕ ਕੀਤਾ ਗਿਆ। CIA ਸਟਾਫ ਦੇ ਵਾਰਸਾਂ ਸਾਹਮਣੇ ਦਾਅਵਾ ਕੀਤਾ ਕਿ ਉਹਨਾਂ ਦੇ ਹਿਰਾਸਤ 'ਚ ਲੈ ਗਏ ਨੌਜਵਾਨ ਨੂੰ ਐਤਵਾਰ ਸਵੇਰੇ ਹੀ ਰਿਹਾਅ ਕਰ ਦਿੱਤਾ ਸੀ। ਪੁਲਿਸ ਸੂਤਰਾਂ ਅਨੁਸਾਰ ਹਿਰਾਸਤ 'ਚ ਲੈ ਗਏ ਨੌਜਵਾਨ ਜਸਪਾਲ ਸਿੰਘ ਉੱਪਰ ਕਥਿਤ ਤੌਰ 'ਤੇ ਤਸ਼ੱਦਦ ਕੀਤਾ ਗਿਆ ਸੀ ਅਤੇ ਪੁਲਿਸ ਹਿਰਾਸਤ ਤੋਂ ਬਾਅਦ ਨੌਜਵਾਨ ਦੀ ਲਾਸ਼ ਨੂੰ ਖਪਾ ਦਿੱਤਾ ਗਿਆ। ਇਸ ਵਿਵਾਦ ਵਿੱਚ ਖੁਦਕੁਸ਼ੀ ਕਰਨ ਵਾਲੇ ਇੰਸਪੈਕਟਰ ਨਰਿੰਦਰ ਸਿੰਘ ਦੋ ਸਹਾਇਕ ਥਾਣੇਦਾਰ ਦਾ ਨਾਂ ਆਉਣ ਤੋਂ ਬਾਅਦ ਹੀ ਇੰਸਪੈਕਟਰ ਨਰਿੰਦਰ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਘਟਨਾ ਸਾਹਮਣੇ ਆਈ, ਜਿਸ ਤੋਂ ਬਾਅਦ ਪਰਿਵਾਰ ਨੂੰ ਅਜੇ ਤੱਕ ਆਪਣੇ ਜੀ ਦੀ ਲਾਸ਼ ਨਹੀਂ ਮਿਲੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਫਰੀਦਕੋਟ ਦੇ SSP ਦਾ ਦਫ਼ਤਰ ਘੇਰ ਲਿਆ। ਧਰਨਾਕਾਰੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮਾਮਲੇ 'ਚ ਸ਼ਾਮਿਲ ਹੋਰ ਪੁਲਿਸ ਵਾਲਿਆਂ 'ਤੇ ਪਰਚਾ ਦਰਜ ਕੀਤਾ ਜਾਵੇ। ਧਰਨੇ 'ਚ ਆਮ ਆਦਮੀ ਪਾਰਟੀ ਦੇ ਕੁਲਤਾਰ ਸੰਧਵਾ, ਬੀਬੀ ਪਰਮਜੀਤ ਕੌਰ ਖਾਲੜਾ, ਲੱਖਾ ਸਿਧਾਨਾ ਸਮੇਤ ਕਿਸਾਨ ਸਟੂਡੈਂਟ ਯੂਨੀਅਨ ਵਾਲਿਆਂ ਨੂੰ ਆਪਣੇ ਸ਼ਮੂਲੀਅਤ ਦਰਜ ਕਰਵਾਈ। ਇਸ ਮੌਕੇ ਲੱਖਾ ਸਿਧਾਨਾ ਇੰਸਪੈਕਟਰ ਨਰਿੰਦਰ ਸਿੰਘ ਦੇ ਵਾਇਰਲ ਹੋ ਰਹੇ ਮੈਸੇਜ ਤੋਂ ਵੀ ਪਰਦਾ ਚੁੱਕਿਆ ਕਿ ਜਾਣ ਬੁੱਝ ਕੇ ਜਿਹੜਾ ਹੋਇਆ ਕਤਲ ਹੋਇਆ ਅਤੇ ਇਸ ਕਰਕੇ ਕਤਲ ਕਰਕੇ ਉਦੋਂ ਬਾਅਦ ਜੇ ਕਤਲ ਹੋ ਗਿਆ ਉਹਨੂੰ ਮਾਰ ਦਿੱਤਾ ਗਿਆ, ਪਰ ਉਹਨੂੰ ਫਿਰ ਖੁਰਦ-ਬੁਰਦ ਕਿਉਂ ਕੀਤਾ ਗਿਆ? ਇਹਦੇ ਪਿੱਛੇ ਕਾਰਨ ਕੀ ਹੈ? ਇਹਦੀ ਜਾਂਚ ਹੋਣੀ ਚਾਹੀਦੀ ਅਸੀਂ ਵੀ ਕਿਹੜਾ ਟੈਲੀਫੋਨ ਆਇਆ, ਕਿਹਨੇ ਮੁਕਬ ਵਿੱਤੀ, ਕਿਹਨੇ ਕਿਹਾ ਸਲਾਹ ਦਿੱਤਾ। ਇਸ ਕਰਕੇ ਇਹ ਸਾਰੇ ਪ੍ਰਸ਼ਾਸਨ ਅਤੇ ਜਿਹੜਾ ਰਿਸਪੋਂਸੀਬਲ ਬੰਦੇ ਆ ਸਾਰਿਆਂ ਦੇ ਪਰਚਾ ਦਰਜ ਹੋਣਾ ਚਾਹੀਦਾ। ਮੈਨੂੰ ਪਤਾ, ਮੈਂ CIA ਦੀਆਂ ਹਵਾਲਾਤਾਂ 'ਚ ਰਹਿੰਦਾ ਰਿਹਾ ਕਿ ਕਿਸ ਤਰੀਕੇ CIA ਦੀ ਜਿਹੜੀ ਹਵਾਲਾ ਜਾਂ ਥਾਣੇ ਦੀ ਹਵਾਲਾਤ ਹੁੰਦੀ ਹੈ ਉਹ 'ਚ ਕੋਈ ਪੱਖਾ ਨਹੀਂ ਹੁੰਦਾ, ਵਿੱਚ ਕੋਈ ਕੁੰਡੀ ਨਹੀਂ ਹੁੰਦੀ, ਕੋਈ ਕਿਸੇ ਪ੍ਰਕਾਰ ਦੀ ਸੁੱਚ ਨਹੀਂ ਲੱਗੀ ਹੁੰਦੀ, ਅੰਦਰ ਕੋਈ ਪਲੱਗ ਨਹੀਂ ਹੁੰਦਾ ਵੀ ਲਾਈਟ ਨਾ ਥਲਾ ਕੇ ਮਰਜੂ ਜਾਂ ਫਾ ਲੈ ਕੇ ਮਰਜੂ। ਹਰ ਹਵਾਲਾਤ ਦੇ ਵਿੱਚ ਇੱਕ ਕੈਮਰਾ ਹੁੰਦਾ, ਕੈਮਰੇ ਦੀ ਜਿਹੜੀ ਨਿਗਰਾਨੀ 24 ਘੰਟੇ ਜਿਹੜਾ ਅੰਦਰ ਬੰਦੀ ਹੁੰਦਾ ਉਹਦੇ ਰੱਖੀ ਜਾਂਦੀ ਹੈ। ਦੋ ਮੁਲਾਜ਼ਮ ਜਿਹੜੇ ਸਪੈਸ਼ਲ 24 ਘੰਟੇ ਹਵਾਲਾਤ ਦੇ ਮੂਹਰੇ ਕੁਰਸੀ ਡਾ ਕੇ ਬੈਠੇ ਰਹਿੰਦੇ ਆ, ਕਿਉਂਕਿ ਬੰਦਾ ਕੋਈ ਅੰਦਰ ਬੰਦੇ ਨੂੰ ਪਜਾਮਾ ਵੀ ਨਹੀਂ ਅੰਦਰ ਲੰਘਾਉਣ ਦਿੰਦੇ, ਪਜਾਮਾ ਵੀ ਲਾਹ ਕੇ ਅੰਦਰ ਭੇਜਦੇ ਆ, ਦੁਪੱਟਾ ਪਰਨਾ ਪੱਗ ਕੁਛ ਇਹ ਤਾਂ ਲੰਘਣੀ ਨਹੀਂ ਦਿੰਦੇ, ਪਾਹਾ ਬੰਦਾ ਲੈ ਕਦੇ ਨਾ ਸਕਦਾ। ਸਰਕਾਰਾਂ ਦੀ ਸਹਿਤੇ ਹੁੰਦਾ ਸਾਰਾ ਕੁਛ, ਪੁਲਿਸ ਐਵੇਂ ਇਹੋ ਜਿਹੀਆਂ ਕਾਰਨਾਮੇ ਨਹੀਂ ਕਰਦੀ, ਉਹਨਾਂ ਨੂੰ ਪਤਾ ਹੁੰਦਾ ਕਿ ਸਰਕਾਰਾਂ ਦਾ ਹੱਥ ਹੈ ਸਾਡੇ ਪਿੱਛੇ, ਸਰਕਾਰਾਂ ਸਾਡੇ ਸਿਰ 'ਤੇ ਖੜੀਆਂ, ਸਾਨੂੰ ਬਚਾ ਲੈਣਗੀਆਂ। ਹੁਣ ਵੇਖੋ ਤੁਸੀਂ, ਮੁਕੱਦਮੇ ਦਰਜ ਹੋਊਗਾ ਤਾਂ ਉਹਦੇ ਵਿੱਚ ਪੁਲਿਸ ਨੂੰ ਹੀ ਬਚਾਇਆ ਜਾਊਗਾ, ਉਹਦੇ ਵਿੱਚ ਕਿਸੇ ਗਰੀਬ ਨੂੰ, ਕਿਸੇ ਪੁਲਿਸ ਵਾਲੇ ਨੂੰ, ਥੱਲੇ ਵਾਲੇ ਕਿਸੇ ਲੈਵਲ ਦੇ ਬੰਦੇ ਨੂੰ ਜਿਹੜੇ ਇਹਨਾਂ ਦੇ ਪੁਰਜੇ ਆ ਉਹਨਾਂ ਨੂੰ ਤਾਂ ਫਸਾਇਆ ਜਾ ਸਕਦਾ, ਜਿਹੜਾ ਵੱਡਾ ਅਫਸਰ ਹੈ ਉਹਨੂੰ ਜ਼ਰੂਰ ਬਚਾਇਆ ਜਾਊਗਾ, ਇਹ ਕਲਚਰ ਹੈ ਪੁਲਿਸ ਦਾ। ਉਧਰ ਮੌਕੇ ਦੇ ਹਾਲਾਤ ਕਾਬੂ ਤੋਂ ਬਾਹਰ ਹੁੰਦਿਆਂ ਵੇਖ SSP ਭੁਪਿੰਦਰ ਸਿੰਘ ਅਤੇ DSP ਜਸਤਿੰਦਰ ਸਿੰਘ ਨੇ ਕਿਹਾ ਕਿ ਮਾਮਲੇ 'ਚ ਦੋ ਪੁਲਿਸ ਮੁਲਾਜ਼ਮਾਂ ਖਿਲਾਫ਼ ਪਰਚਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਹਨਾਂ ਦੀ ਨਿਸ਼ਾਨਦੇਹੀ ਤੋਂ ਬਾਅਦ ਲਾਸ਼ ਨਹਿਰ 'ਚੋਂ ਭਾਲੀ ਜਾ ਰਹੀ ਹੈ। ਉਹਦੀ ਪੜਤਾਲ ਦੇ ਵਿੱਚ ਅਸੀਂ ਜੋ ਨਵੀਂ ਗੱਲਾਂ ਸਾਹਮਣੇ ਆਈਆਂ ਨੇ ਉਹਦੇ ਵਿੱਚ ਅਸੀਂ ਇਹਨਾਂ ਦੇ ਨਰਿੰਦਰ ਸਿੰਘ ਹੋਣਾਂ ਦੇ ਜਿਹੜੇ ਦੋ ਮੁਲਾਜ਼ਮ ਸੀਗੇ ਸੁਖਮੰਦਰ ਅਤੇ ਦਰਸ਼ਨ, ਉਹਨਾਂ ਦੀ ਜਿਹੜੀ ਇਨਵੋਲਵਮੈਂਟ ਇਹਦੇ ਵਿੱਚ ਸਾਹਮਣੇ ਆਈ ਉਹ ਅਸੀਂ ਦੋਵੇਂ ਬੰਦੇ ਉਹਨੂੰ ਇਸ ਮੁਕੱਦਮੇ ਦੇ ਵਿੱਚ ਨਾਮਜ਼ਦ ਕਰਕੇ ਅਤੇ ਅਸੀਂ ਉਹਨਾਂ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ, ਰਾਤ ਦਾ ਉਹ ਸਾਡੀ ਹਿਰਾਸਤ ਵਿੱਚ ਨੇ।
ਫਿਲਹਾਲ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਇੱਕ ਵਾਰ ਮੁੜ ਤੋਂ ਪੰਜਾਬ ਦਾ ਕਾਲਾ ਦੌਰ ਦੌਰਾ ਦਿੱਤਾ ਹੈ। ਬਿਊਰੋ ਰਿਪੋਰਟ, ਹਕੀਕਤ ਟੀਵੀ।